Hello everyone, welcome to my channel jis naam hai Simran Punjabi. Channel khas taur te unna student vaste banaya gaya jo ki NTA UGC NET exam di taiyari kar rahe ne. Ithe aake tusi exam di taiyari kar sakde ho, jinne vi topic hai exam de naal related sare tuhanu ithe mil janange. So channel nu subscribe zarur kar lo, naal de naal bell icon nu zarur press kar lo taan jo tuhanu notification milde rahe. Is to ilawa like zarur karo, videos nu share karo, comment karke dassiyo kisa lagde pe ne. Telegram channel utte jaake follow kar sakde ho. ਡਿਸਕ੍ਰਿਪਸ਼ਨ ਬਾਕਸ ਵਿੱਚ ਤੁਹਾਨੂੰ ਲਿੰਕ ਮਿਲ ਜਾਏਗਾ, ਉੱਥੇ ਜਾ ਕੇ ਤੁਸੀਂ ਜਿੰਨੇ ਵੀ ਟੌਪਿਕ ਹੈ ਉਹਨਾਂ ਸਾਰਿਆਂ ਦੀ ਵੀਡੀਓਜ਼ ਉੱਥੇ ਤੁਸੀਂ ਦੇਖ ਸਕਦੇ ਹੋ, ਅਗਰ ਤੁਹਾਡੇ ਕੋਲੋਂ ਕੋਈ ਮਿਸ ਹੋਈਆਂ ਨੇ. ਇਸ ਤੋਂ ਇਲਾਵਾ ਅਗਰ ਕੋਈ ਵੀ ਟੌਪਿਕ ਤੁਹਾਨੂੰ ਸਮਝ ਦੇ ਵਿੱਚ ਨਹੀਂ ਆ ਰਿਹਾ, ਦੈਨ ਉਹ ਵੀ ਤੁਸੀਂ ਸਮਝਣਾ ਹੈ, ਉਹ ਵੀ ਤੁਸੀਂ ਜਾ ਕੇ ਸਮਝ ਸਕਦੇ ਹੋ, ਅਤੇ ਉਹ ਟੌਪਿਕ ਵੀ ਤੁਸੀਂ ਮੈਨੂੰ ਉੱਥੇ ਸੈਂਡ ਕਰ ਸਕਦੇ ਹੋ. ਅਤੇ ਇਸ ਤੋਂ ਇਲਾਵਾ ਅਗਰ ਕੁਛ ਹੋਰ ਕਮੈਂਟ ਸੈਕਸ਼ਨ ਦੇ ਵਿੱਚ ਅਗਰ ਤੁਸੀਂ ਕੋਈ ਕਿਤਾਬ ਜਾਂ ਕਿਸੇ ਚੀਜ਼ ਦੇ ਬਾਰੇ ਪੁੱਛਣਾ ਹੋਵੇ ਤਾਂ ਤੁਸੀਂ ਪੁੱਛ ਸਕਦੇ ਹੋ. ਅੱਜ ਲਾਈਵ ਸੈਸ਼ਨ ਨਹੀਂ ਲਵਾਂਗੀ, ਇਸ ਕਰਕੇ ਪਹਿਲਾਂ ਹੀ ਵੀਡੀਓ ਜਿਹੜੀ ਅਪਲੋਡ ਕਰ ਰਹੀ ਹਾਂ ਅਤੇ ਉਹ ਤੁਹਾਨੂੰ ਅੱਗੇ ਸੈਂਡ ਕਰ ਦਾਂਗੀ ਤਾਂ ਕਿ ਤੁਸੀਂ ਅੱਜ ਦੇ ਜਿਹੜੀ ਸੈਸ਼ਨ ਆ ਮਿਸ ਨਾ ਕਰੋ ਅਤੇ ਇਹ ਵਾਲਾ ਜਿਹੜੇ ਟੌਪਿਕ ਹੈ ਉਹ ਵੀ ਕੰਪਲੀਟ ਤੁਸੀਂ ਕਰਦੇ ਰਹੋ. ਇਸ ਤੋਂ ਇਲਾਵਾ ਸਾਰਿਆਂ ਨੂੰ ਵਿਸਾਖੀ ਦੀ ਬਹੁਤ ਬਹੁਤ ਹੀ ਮੁਬਾਰਕਬਾਦ ਹੋਵੇ ਸਾਰਿਆਂ ਨੂੰ, ਅਤੇ ਆਈ ਹੋਪ ਵਧੀਆ ਨਿਕਲੇ ਤੁਹਾਡੇ ਸਾਰਿਆਂ ਦੀ ਵਿਸਾਖੀ. ਅਤੇ ਨਾਲ ਦੇ ਨਾਲ ਇਹ ਵੀ ਦੱਸ ਦਿੰਦੀ ਹਾਂ ਕਿ NTA UGC NET ਐਗਜ਼ਾਮ ਦੇ ਜਿਹੜੇ ਫੋਰਮ ਹੈ ਉਹ ਬਹੁਤ ਜਲਦੀ ਨਿਕਲਣ ਵਾਲੇ ਨੇ. ਸੋ ਆਪਣੀ ਜਿਹੜੀ ਤਿਆਰੀ ਹੈ ਪੂਰੀ ਰੱਖੋ ਕਿ ਪੇਪਰ ਜਿਹੜਾ ਹੈ ਹੁਣ ਬਹੁਤ ਹੀ ਕਲੋਜ਼ ਤੁਹਾਡਾ ਆ ਚੁੱਕਾ ਹੈ. ਓਕੇ, ਸੋ ਸ਼ੁਰੂਆਤ ਕਰਦੇ ਹਾਂ ਕੁਐਸਚਨ ਆਨਸਰ ਦੀ. ਸਾਡੇ ਕੋਲ ਅਸੀਂ ਅੱਜ ਦਾ ਸੈਕਸ਼ਨ ਜਿਹੜਾ ਹੈਗਾ ਸਾਡਾ ਨੈਕਸਟ, ਉਸਦੇ ਵਿੱਚ ਜਿਹੜਾ ਪਹਿਲਾ ਕੁਐਸਚਨ ਹੈਗਾ ਹੈ. ਹੁਣ ਇਹ ਕੁਐਸਚਨ ਜਿਹੜੇ ਹੋਣਗੇ ਤੁਸੀਂ ਪੋਜ਼ ਕਰਕੇ ਆਪਣੇ ਆਪ ਉੱਤਰ ਦੇ ਸਕਦੇ ਹੋ ਇਹਨਾਂ ਦੇ, ਠੀਕ ਹੈ? ਸੋ ਪਹਿਲਾ ਕੁਐਸਚਨ ਹੈਗਾ ਹੈ ਸਾਡੇ ਕੋਲ ਕਿ ਉੱਤਰ ਭਾਰਤ ਵਿੱਚ ਭਗਤੀ ਲਹਿਰ ਦੀ ਪਰੰਪਰਾ ਕਿਸ ਦੁਆਰਾ ਪਹੁੰਚੀ ਸੀ. ਆਪਸ਼ਨ ਇਸ ਦੇ ਵਿੱਚ ਹੈਗੇ ਨੇ ਰਵਿਦਾਸ ਤੇ ਕਬੀਰ ਜੀ ਦੇ ਦੁਆਰਾ. ਉਸ ਤੋਂ ਬਾਅਦ ਨੈਕਸਟ ਸਾਨੂੰ ਮਿਲਦੇ ਨੇ ਸ਼ੰਕਰ ਤੇ ਪੁਰੰਦਰ ਨਾਥ ਦੇ ਦੁਆਰਾ. ਥਰਡ ਇਸ ਦੇ ਵਿੱਚ ਮਿਲਦੇ ਨੇ ਸਾਡੇ ਕੋਲ ਰਾਮਦੇਵ ਤੇ ਰਾਮਾਨੰਦ ਜੀ ਦੇ ਦੁਆਰਾ. ਐਂਡ ਲਾਸਟ ਤੇ ਸਾਡੇ ਕੋਲ ਇਸ ਦੇ ਵਿੱਚ ਪਹੁੰਚਦੇ ਨੇ ਕਬੀਰ ਤੇ ਸ਼ੰਕਰ ਦੇਵ ਜੀ ਦੇ ਦੁਆਰਾ. ਸੋ ਇਹ ਹੈਗਾ ਸੀ ਕਿ ਭਗਤੀ ਜਿਹੜੀ ਹੈਗੀ ਹੈ ਲਹਿਰ ਉੱਤਰ ਭਾਰਤ ਦੇ ਵਿੱਚ ਕਿਵੇਂ ਪਹੁੰਚੀ ਸੀ. ਦੇਖੋ ਭਗਤੀ ਲਹਿਰ ਜਿਹੜੀ ਹੈਗੀ ਹੈ ਇਹ ਉੱਧਰ ਵੀ ਸ਼ੁਰੂ ਹੋਈ ਸੀ ਸਟਾਰਟਿੰਗ ਦੇ ਉੱਤੇ ਦੱਖਣ ਦੇ ਵਿੱਚ ਵੀ, ਬਟ ਉੱਧਰੋਂ ਫਿਰ ਬਾਅਦ ਦੇ ਵਿੱਚ ਇੱਧਰ ਆਈ ਸੀ. ਸੋ ਆਂਸਰ ਇਸ ਦੇ ਵਿੱਚ ਜਿਹੜਾ ਹੋਏਗਾ ਸਾਡੇ ਕੋਲ ਥਰਡ ਹੋਏਗਾ. ਰਾਮਦੇਵ ਤੇ ਰਾਮਾਨੰਦ ਜੀ ਜਿਹੜੇ ਸੀ ਉਹ ਕੀ ਗਏ ਸੀ ਇੱਧਰ ਲੈ ਕੇ ਆਏ, ਠੀਕ ਹੈ? ਕੁਐਸਚਨ ਨੰਬਰ ਸੈਕਿੰਡ ਜਿਹੜਾ ਹੈਗਾ ਇਸ ਦੇ ਵਿੱਚ ਅਲਵਾਰ ਤੇ ਆਦਿਆਰ ਨਾਮ ਦੀਆਂ ਜਿਹੜੀਆਂ ਲਹਿਰਾਂ ਸੀ ਨੇ ਭਗਤੀ ਲਹਿਰ ਨੂੰ ਜਨਤਕ ਲਹਿਰ ਬਣਾ ਦਿੱਤਾ ਕਿੱਥੇ? ਸੋ ਇਹ ਦੋ ਲਹਿਰਾਂ ਸੀ, ਇੱਕ ਅਲਵਾਰ ਤੇ ਦੂਸਰਾ ਜਿਹੜਾ ਹੈਗਾ ਸੀ ਆਦਿਆਰ. ਇਹਨਾਂ ਨੇ ਬਹੁਤ ਹੀ ਇੱਕ ਉੱਚਾ ਕਰ ਦਿੱਤਾ ਸੀ ਇਸਨੂੰ, ਤੇ ਇਸ ਦੇ ਵਿੱਚ ਰਾਈਟ ਆਂਸਰ ਜਿਹੜਾ ਹੋਏਗਾ ਸਾਡੇ ਕੋਲ ਉਹ ਹੈਗਾ ਹੈ ਆਪਸ਼ਨ ਨੰਬਰ ਸੈਕਿੰਡ ਦਾ ਸੈਕਿੰਡ ਆਏਗਾ. ਦੱਖਣ ਭਾਰਤ ਦੇ ਵਿੱਚ ਕੀ ਕਿਹਾ ਸੀ ਇਹਨਾਂ ਨੇ, ਇਹਨਾਂ ਨੂੰ ਕੀ ਕਹਿ ਦਿੱਤਾ ਹੈ ਕਿ ਬਹੁਤ ਹੀ ਜ਼ਿਆਦਾ ਕਹਿ ਸਕਦੇ ਹੋ ਇੱਕ ਲਹਿਰਾਂ ਬਣਾ ਦਿੱਤਾ ਸੀ ਜਨਤਕ, ਕਿ ਹਰ ਇੱਕ ਜਿਹੜਾ ਹੈਗੇ ਸੀ ਉਹ ਮੰਨਣਾ ਸ਼ੁਰੂ ਇਹਨਾਂ ਨੇ ਕਰ ਦਿੱਤਾ ਸੀ. ਉਸ ਤੋਂ ਇਲਾਵਾ ਨੈਕਸਟ ਦੇਖੋ ਹੁਣ ਅਗਲਾ ਜਿਹੜਾ ਕੁਐਸਚਨ ਹੈਗਾ ਹੈ ਕੁਐਸਚਨ ਨੰਬਰ ਥਰਡ. ਹੁਣ ਇਹਦੇ ਵਿੱਚ ਇੱਕ ਜਿਹੜੇ ਆਲਵਾਰ ਸੰਤ ਸੀ, ਇੱਕ ਆਦਿਆਰ ਸੀ, ਪਹਿਲੇ ਹੈਗੇ ਸੀ ਆਲਵਾ, ਤੇ ਆਲਵਾਰ ਸੰਤ ਸੀ ਉਹ ਕਿਸ ਨੂੰ ਆਪਣੀ ਪੂਜਾ ਦਾ ਕੇਂਦਰ ਮੰਨਦੇ ਸੀ? ਸ਼ਿਵ ਨੂੰ, ਵਿਸ਼ਨੂੰ ਨੂੰ, ਕ੍ਰਿਸ਼ਨ ਨੂੰ ਜਾਂ ਫਿਰ ਰਾਮ ਨੂੰ? ਕਿਸ ਨੂੰ ਉਹ ਕੀ ਕਰਦੇ ਸੀ ਆਪਣਾ ਮੇਨ ਜਿਵੇਂ ਕਹਿ ਸਕਦੇ ਹੋ ਗੁਰੂ ਮੰਨਦੇ ਸੀ? ਤੇ ਥਰਡ ਦਾ ਇਸ ਦੇ ਵਿੱਚ ਆਂਸਰ ਹੋਏਗਾ ਸਾਡੇ ਕੋਲ ਸੈਕਿੰਡ, ਵਿਸ਼ਨੂੰ ਜਿਹੜੇ ਸੀ ਉਹਨਾਂ ਨੂੰ ਕੀ ਮੰਨਦੇ ਸੀ ਆਪਣੀ ਪੂਜਾ ਦਾ ਉਹ ਕੇਂਦਰ
ਮੰਨਦੇ ਸੀ। ਉਸ ਤੋਂ ਬਾਅਦ ਨੈਕਸਟ ਦੇਖੋ ਅੱਗੇ ਕੁਐਸਚਨ ਨੰਬਰ 4th, ਆਦਿ ਆਸ ਸੰਤ ਜਿਹੜੇ ਸੀ ਉਹ ਹੁਣ ਕਿਸ ਨੂੰ ਆਪਣੀ ਪੂਜਾ ਦਾ ਕੇਂਦਰ ਮੰਨਦੇ ਸੀ? ਆਪਸ਼ਨ ਸੇਮ ਹੈਗੇ ਨੇ। ਆਦਿ ਆ ਜਿਹੜੇ ਸੰਤ ਸੀ ਉਹ ਆਪਸ਼ਨ ਨੰਬਰ ਸਾਡੇ ਕੋਲ ਇਸ ਦੇ ਵਿੱਚ ਜਿਹੜੇ ਆਏ ਹੈਗੇ ਨੇ ਉਹ ਹੈਗੇ ਨੇ ਸ਼ਿਵਜੀ, ਠੀਕ ਹੈ। ਆਪਸ਼ਨ ਨੰਬਰ 1st ਆਦਿ ਆ ਇੱਕ ਵਿਸ਼ਨੂੰ, ਦੂਸਰੇ ਜਿਹੜੇ ਹੈਗੇ ਸੀ ਉਹ ਸ਼ਿਵ ਨੂੰ ਆਪਣਾ ਮੇਨ ਜਿਹੜੇ ਹੈਗੇ ਸੀ ਪੂਜਾ ਦਾ ਕੇਂਦਰ ਮੰਨਦੇ ਸੀ। ਉਸ ਤੋਂ ਬਾਅਦ ਨੈਕਸਟ ਕੁਐਸਚਨ ਹੈਗਾ ਹੈ ਸਾਡੇ ਕੋਲ ਕੁਐਸਚਨ ਨੰਬਰ 5th, 11ਵੀਂ ਸਦੀ ਵਿੱਚ ਕਿਸ ਨੇ ਵਸ਼ਿਸ਼ਟਾ ਦਵੈਤ ਦਾ ਸੰਕਲਪ ਦਿੱਤਾ ਸੀ? 11ਵੀਂ ਸਦੀ ਦੇ ਵਿੱਚ ਪਾਣਿਨੀ ਨੇ, ਰਾਮਾਨੰਦ ਨੇ, ਰਾਮਾਨੁਜ ਨੇ ਜਾਂ ਫਿਰ ਕਬੀਰ ਜੀ ਨੇ? ਦਵੈਤ ਬਾਅਦ ਦਾ ਜਿਹੜਾ ਹੈਗਾ ਸੀ ਅਦ ਵਸ਼ਿਸ਼ਟ ਦੈਤ ਦਾ ਜਿਹੜਾ ਹੈਗਾ ਸੀ ਸੰਕਲਪ ਉਹਨਾਂ ਨੇ ਦਿੱਤਾ ਸੀ। ਸੋ ਇਸ ਦੇ ਵਿੱਚ ਜਿਹੜੇ ਹੈਗੇ ਸੀ ਰਾਈਟ ਆਂਸਰ ਜਿਹੜਾ ਹੈਗਾ ਸੀ ਉਹ ਹੈਗਾ ਹੈ ਸਾਡੇ ਕੋਲ 5th ਦਾ ਆਪਸ਼ਨ ਨੰਬਰ 3rd, ਰਾਮਾਨੁਜ ਜਿਹੜੇ ਸੀ ਉਹਨਾਂ ਨੇ ਵਸ਼ਿਸ਼ਟ ਦਵੈਤ ਜਿਹੜੇ ਕਿ ਮਤਲਬ ਸਭ ਤੋਂ ਉੱਚੇ ਜਿਹੜੇ ਹੈਗੇ ਸੀ ਉਹ ਹੀ ਨੇ ਤੇ ਇਹ ਉਹਨਾਂ ਨੇ ਦੱਸਿਆ ਸੀ ਤੇ ਆਪ ਉਹ ਕੀ ਗਏ ਸੀ ਵੈਸ਼ਨਵ ਭਗਤ ਹੈਗੇ ਸੀ, ਠੀਕ ਹੈ ਨਾਲ ਦੇ ਨਾਲ। ਸੋ ਮੇਨ ਕੀ ਗਾ ਸੀ ਉਹਨਾਂ ਦਾ ਕਿ ਜਿਹੜਾ ਸਾਡਾ ਇੱਕ ਗੁਰੂ ਹੈ ਸਭ ਤੋਂ ਕੀ ਗਾ ਵਾ ਵਿਸ਼ਿਸ਼ਟ ਹੈਗੇ ਨੇ ਤੇ ਮੇਨ ਉਹ ਕੀ ਗਏ ਸੀ ਕਿ ਪਰਮਾਤਮਾ ਦੇ ਵਿੱਚ ਹੀ ਜ਼ਿਆਦਾਤਰ ਜਿਹੜੇ ਹੈਗੇ ਸੀ ਵਿਸ਼ਵਾਸ ਰੱਖਦੇ ਸੀ। ਹੁਣ ਜਿਹੜੇ ਰਾਮਾਨੁਜ ਸੀ ਉਹਨਾਂ ਦਾ ਪ੍ਰਭਾਵ ਖੇਤਰ ਕਿੱਥੋਂ ਤੱਕ ਹੀ ਸੀਮਤ ਸੀ? ਉੱਤਰ, ਦੱਖਣ, ਪੂਰਬ, ਪੱਛਮ? ਤੇ ਉਹਨਾਂ ਦਾ ਜਿਹੜਾ ਪ੍ਰਭਾਵ ਸੀ 6th ਦਾ ਇੱਥੇ ਆਂਸਰ ਹੈਗਾ ਸਾਡੇ ਕੋਲ 2nd, ਯਾਨੀ ਕਿ ਦੱਖਣ ਤੱਕ ਜਿਹੜਾ ਹੈਗਾ ਸੀ ਉਹਨਾਂ ਦਾ ਪ੍ਰਭਾਵ ਸੀਮਤ ਸੀ। ਤੇ ਕੁਐਸਚਨ ਨੰਬਰ 7 ਹੈਗਾ ਇੱਥੇ, ਕਿਸ ਨੇ 14ਵੀਂ ਸਦੀ ਦੇ ਆਸ ਪਾਸ ਬਨਾਰਸ ਜਾ ਕੇ ਨਵੀਂ ਲਹਿਰ ਦਾ ਆਰੰਭ ਕੀਤਾ ਸੀ? ਪਾਣਿਨੀ ਸੀ, ਰਾਮਾਨੰਦ ਸੀ, ਰਾਮਾਨੁਜ ਸੀ ਜਾਂ ਫਿਰ ਕਬੀਰ ਜੀ ਸੀ? ਕਿਹਨਾਂ ਨੇ 14ਵੀਂ ਸਦੀ ਦੇ ਆਸ ਪਾਸ ਬਨਾਰਸ ਜਾ ਕੇ ਇੱਕ ਨਵੀਂ ਲਹਿਰ ਦਾ ਆਰੰਭ ਕੀਤਾ ਸੀ? ਤੇ ਰਾਈਟ ਆਂਸਰ ਇਸ ਦੇ ਵਿੱਚ ਜਿਹੜਾ ਹੈਗਾ ਵਾ ਸਾਡੇ ਕੋਲ ਉਹ ਹੈਗਾ ਹੈ 7ਵੇਂ ਦਾ ਆਪਸ਼ਨ ਨੰਬਰ 2nd, ਰਾਮਾਨੰਦ ਜਿਹੜੇ ਹੈਗੇ ਸੀ ਉਹਨਾਂ ਨੇ ਕੀ ਕਿਹਾ ਸੀ ਬਨਾਰਸ ਦੇ ਪਾਸ ਜਾ ਕੇ ਇੱਕ ਨਵੀਂ ਜਿਹੜੀ ਲਹਿਰ ਸੀ ਉਹ ਉਹਨਾਂ ਨੇ ਜਿਹੜੀ ਹੈਗੀ ਸੀ ਇੱਕ ਵਧਾਈ ਸੀ, ਠੀਕ ਹੈ। ਤੇ ਇਹ ਜਿਹੜੇ ਰਾਮਾਨੰਦ ਜੀ ਜਿਹੜੇ ਹੈਗੇ ਸੀ ਸ਼ਿਸ਼ ਮੰਨੇ ਗਏ ਸੀ ਕਿਹਨਾਂ ਦੇ? ਰਾਮਾਨੁਜ ਦੇ। ਅੱਗੇ ਗਾ ਵਾ ਕੁਐਸਚਨ ਨੰਬਰ 8, ਭਗਤੀ ਲਹਿਰ ਦੇ ਮੋਢੀ ਕੌਣ ਸੀ? ਸੰਤ ਸੀ ਜਿਨ੍ਹਾਂ ਨੇ ਸ਼ੁਰੂਆਤ ਕੀਤੀ ਸੀ, ਭਗਤ ਸੀ, ਬ੍ਰਾਹਮਣ ਸੀ ਜਾਂ ਫਿਰ ਮੁਸਲਮਾਨ ਸੀ? ਕੁਐਸਚਨ ਨੰਬਰ 8, ਭਗਤੀ ਲਹਿਰ ਦੇ ਮੋਢੀ ਤੇ 8ਵੇਂ ਦਾ ਇੱਥੇ ਆਂਸਰ ਜਿਹੜਾ ਆਏਗਾ ਸਾਡੇ ਕੋਲ 3ਜਾ, ਬ੍ਰਾਹਮਣ ਸੀ। ਸੋ ਭਗਤੀ ਲਹਿਰ ਦੇ ਜਿਹੜੇ ਮੋਢੀ ਸੀ ਉਹ ਕੀ ਗਏ ਸੀ? ਬ੍ਰਾਹਮਣ ਹੈਗੇ ਸੀ, ਕਿਉਂਕਿ ਉਹ ਭਗਤੀ ਜ਼ਿਆਦਾ ਕਰਦੇ ਸੀ ਜਿਵੇਂ ਵਿਸ਼ਨੂੰ ਸ਼ਿਵ ਉਹਨਾਂ ਨੂੰ ਕੀ ਗਏ ਸੀ ਪ੍ਰਸੰਨ ਕਰਨ ਦੇ ਵਾਸਤੇ। ਸੋ ਮੇਨ ਸ਼ੁਰੂਆਤ ਇਹਨਾਂ ਦੇ ਦੁਆਰਾ ਸੀ। ਸੋ ਅੱਗੇ ਹੈਗਾ ਵਾ, ਕਿਸ ਨੇ ਭਗਤੀ ਲਹਿਰ ਵਿੱਚ ਜਾਤ ਪਾਤ ਨੂੰ ਨਕਾਰਿਆ ਸੀ? ਆਪਸ਼ਨ ਇਸੇ ਵਿੱਚ ਗਏ ਸਾਡੇ ਕੋਲ, ਰਾਮਾਨੁਜ ਸੀ, ਰਾਮਾਨੰਦ ਸੀ, ਨਾਮਦੇਵ ਸੀ ਤੇ ਕਬੀਰ ਜੀ ਸੀ। ਹੁਣ ਦੇਖੋ
ਭਗਤੀ ਲਹਿਰ ਜਿਹੜੀ ਗੀ ਸੀ ਉਹ ਬ੍ਰਾਹਮਣ ਦੇ ਦੁਆਰਾ ਸ਼ੁਰੂਆਤ ਕੀਤੀ ਗਈ ਸੀ। ਤਾਂ ਤੁਹਾਨੂੰ ਪਤਾ ਹੀ ਹੈ ਕਿ ਬ੍ਰਾਹਮਣ ਜਿਹੜੇ ਗੇ ਸੀ ਉਹ ਪਹਿਲਾਂ ਕਿਸ ਤਰੀਕੇ ਦੇ ਸੀ ਕਿ ਛੂਤਛਾਤ ਨੂੰ ਉਹ ਜ਼ਿਆਦਾ ਮੰਨਦੇ ਸੀ, ਤੇ ਜਿਹੜੇ ਨੀਵੀਂ ਜਾਤੀ ਦੇ ਸੀ ਲੋਕ ਉਹਨਾਂ ਨੂੰ ਬੜਾ ਹੀ ਉਹ ਕ੍ਰੋਧ ਦੀ ਦ੍ਰਿਸ਼ਟੀ ਦੇ ਨਾਲ ਦੇਖਦੇ ਸੀ। ਉਹਨਾਂ ਨੂੰ ਖਾਣ ਪੀਣ ਨੂੰ ਵਧੀਆ ਨਹੀਂ ਦਿੰਦੇ ਸੀ, ਜੇਕਰ ਉਹਨਾਂ ਦੇ ਲਾਗੇ ਵੀ ਲਾਗੇ ਖਲੋਣਾ ਤੇ ਦੂਰ ਉਹਨਾਂ ਨੂੰ ਉਹ ਦੇਖਣਾ ਵੀ ਨਹੀਂ ਸਿਖਾਉਂਦੇ ਸੀ, ਤੇ ਉਹਨਾਂ ਨੂੰ ਬਾਹਰ ਉਹਨਾਂ ਨੇ ਕੱਢਿਆ ਹੁੰਦਾ ਸੀ। ਤੇ ਇਸ ਤੋਂ ਇਲਾਵਾ ਉਹਨਾਂ ਨੂੰ ਨਾ ਤਾਂ ਪੜ੍ਹਨ ਦੀ ਇਜਾਜ਼ਤ ਹੁੰਦੀ ਸੀ, ਨਾ ਵੀ ਕੁਛ ਇਹੋ ਜਿਹੜੇ ਕਿ ਉਹਨਾਂ ਨੂੰ ਉਹਨਾਂ ਦੇ ਬਰਾਬਰ ਖੜੇ ਕਰਦੇ। ਸੋ ਇਸ ਚੀਜ਼ ਨੂੰ ਜਦੋਂ ਉਹਨਾਂ ਨੇ ਦੇਖਿਆ ਸੀ ਕਿੰਨਾ ਨੇ ਆਪਸ਼ਨ ਇਸ ਦੇ ਵਿੱਚ ਸੈਕਿੰਡ ਜਿਹੜਾ ਹੈਗਾ ਵਾ ਰਾਮਾਨੰਦ ਜੀ ਨੇ, ਤਾਂ ਉਹਨਾਂ ਨੇ ਕੀ ਕਿਹਾ ਸੀ, ਇਸ ਚੀਜ਼ ਨੂੰ ਨਕਾਰਿਆ ਸੀ। ਉਹਨਾਂ ਨੇ ਕਿ ਸਭ ਦੇ ਵਾਸਤੇ ਕੀ ਗਏ ਬਰਾਬਰ ਹੈਗੀ। ਕੁਐਸਚਨ ਨੰਬਰ 10 ਹੈਗਾ ਵਾ, ਰਾਮਾਨੰਦ ਦੇ ਚੇਲੇ ਕੌਣ ਕੌਣ ਸੀ? ਰਵਿਦਾਸ ਤੇ ਕਬੀਰ ਜੀ, ਸ਼ੰਕਰ ਦੇਵ ਤੇ ਪੁਰੰਦਰ ਨਾਥ, ਰਾਮਾਨੰਦ ਤੇ ਰਾਮਦੇਵ ਸੀ, ਤੇ ਅੱਗੇ ਹੈਗਾ ਵਾ ਸਾਡੇ ਕੋਲ ਕਬੀਰ ਤੇ ਸ਼ੰਕਰ ਦੇਵ ਜੀ। ਨੈਕਸਟ ਕੁਐਸਚਨ ਹੈਗਾ ਹੈ ਸਾਡੇ ਕੋਲ ਆਪਸ਼ਨ ਨੰਬਰ ਇਸਦੇ ਵਿੱਚ ਜਿਹੜਾ ਹੈਗਾ ਸਾਡੇ ਕੋਲ 10th ਦਾ ਰਾਈਟ ਆਨਸਰ ਫਸਟ ਹੋਏਗਾ, ਰਵਿਦਾਸ ਤੇ ਕਬੀਰ ਜੀ ਜਿਹੜੇ ਹੈਗੇ ਸੀ ਰਾਮਾਨੰਦ ਜੀ ਦੇ ਕੀ ਹੈਗੇ ਸੀ ਚੇਲੇ ਸੀ। ਕੁਐਸਚਨ ਨੰਬਰ 11, ਰਾਮਾਨੰਦ ਦੇ ਸਮੇਂ ਭਗਤੀ ਲਹਿਰ ਦੇ ਕਿੰਨੇ ਕੇਂਦਰ ਸਨ? 8, 6, 4 ਜਾਂ ਫਿਰ 2? ਰਾਮਾਨੰਦ ਜੀ ਦਾ ਜਿਹੜਾ ਟਾਈਮ ਕਿੰਨੇ ਹੈਗੇ ਸੀ, ਤੇ ਇਸ ਦੇ ਵਿੱਚ ਜਿਹੜਾ ਆਨਸਰ ਸਾਡੇ ਕੋਲ ਹੈਗਾ ਵਾ ਰਾਈਟ ਉਹ ਹੈਗਾ ਹੈ ਆਪਸ਼ਨ ਨੰਬਰ 11 ਦਾ, ਇੱਥੇ ਆਏਗਾ 4th, ਯਾਨੀ ਕਿ ਹੈਗਾ ਵਾ 2 ਭਗਤੀ ਲਹਿਰ ਦੇ ਕੇਂਦਰ ਜਿਹੜੇ ਗਏ ਸੀ ਉਹ ਮੰਨੇ ਗਏ ਸੀ। ਠੀਕ ਹੈ, ਸੋ ਇੱਕ ਜਿਹੜਾ ਹੈਗਾ ਸੀ ਇਹਨਾਂ ਦੇ ਵਿੱਚੋਂ ਕ੍ਰਿਸ਼ਨਾ ਭਗਤੀ ਗਏ ਸੀ। ਸੋ ਕ੍ਰਿਸ਼ਨਾ ਭਗਤੀ ਦਾ ਕੇਂਦਰ ਕਿਹੜਾ ਸੀ? ਮਥੁਰਾ, ਵ੍ਰਿੰਦਾਵਨ, ਬ੍ਰਜ ਜਾਂ ਫਿਰ ਕਾਸ਼ੀ? ਆਪਸ਼ਨ ਇਸ ਦੇ ਵਿੱਚ ਕੀ ਹੋਏਗਾ ਕ੍ਰਿਸ਼ਨਾ ਭਗਤੀ ਦਾ ਕੇਂਦਰ, ਤੇ ਰਾਈਟ ਆਂਸਰ ਜਿਹੜਾ ਹੋਏਗਾ ਇਸ ਦੇ ਵਿੱਚ ਸਾਡੇ ਕੋਲ ਉਹ ਹੈਗਾ ਏ ਸੈਕਿੰਡ, ਯਾਨੀ ਕਿ ਵ੍ਰਿੰਦਾਵਨ ਜਿਹੜਾ ਸੀ। ਤੁਹਾਨੂੰ ਪਤਾ ਹੀ ਹੈ ਵ੍ਰਿੰਦਾਵਨ ਜਿਹੜਾ ਹੈਗਾ ਵਾ ਕ੍ਰਿਸ਼ਨਾ ਜੀ ਦੇ ਨਾਂ ਦੇ ਨਾਲ ਹੀ ਰਿਲੇਟ ਕੀਤਾ ਜਾਂਦਾ ਹੈਗਾ ਵਾ। ਸੋ ਇਸ ਦੇ ਵਿੱਚ ਜਿਹੜਾ ਰਾਈਟ ਆਂਸਰ ਹੋਏਗਾ ਸਾਡੇ ਕੋਲ ਉਹ ਕੀ ਹੈਗਾ ਵਾ ਵ੍ਰਿੰਦਾਵਨ। ਅੱਗੇ ਦੇਖੋ ਨੈਕਸਟ ਕੁਐਸਚਨ, ਕੁਐਸਚਨ ਨੰਬਰ ਇਸ ਦੇ ਵਿੱਚ ਆਉਂਦਾ ਹੈ ਸਾਡੇ ਕੋਲ 13, ਰਾਮਾ ਭਗਤੀ ਦਾ ਕੇਂਦਰ ਕਿਹੜਾ ਸੀ? ਹੁਣ ਕ੍ਰਿਸ਼ਨਾ ਭਗਤੀ ਦਾ ਕੇਂਦਰ ਤਾਂ ਸਾਨੂੰ ਪਤਾ ਲੱਗ ਗਿਆ, ਤੇ ਰਾਮਾ ਵਾਲਾ ਕਿਹੜਾ ਸੀ? ਮਥੁਰਾ, ਵ੍ਰਿੰਦਾਵਨ, ਬ੍ਰਜ ਜਾਂ ਫਿਰ ਇੱਥੇ ਆਏਗਾ ਕਾਸ਼ੀ? ਤੇ ਰਾਈਟ ਆਂਸਰ ਜਿਹੜਾ ਹੈਗਾ ਸੀ ਉਹ ਇਸ ਦੇ ਵਿੱਚ ਆਏਗਾ ਸਾਡੇ ਕੋਲ ਕਾਸ਼ੀ, ਆਪਸ਼ਨ ਨੰਬਰ 4th ਰਾਮਾ ਭਗਤੀ ਦਾ ਕਾਸ਼ੀ ਇਜ਼ ਦ ਰਾਈਟ ਆਂਸਰ। ਕੁਐਸਚਨ ਨੰਬਰ 14, ਪਿਤਾਂਬਰ ਦੱਤ ਬੜਤਵਾਲ ਦੇ ਅਨੁਸਾਰ ਰਾਮਾਨੰਦ ਦਾ ਦਰਸ਼ਨ ਅਦਵੈਤ ਵੇਦਾਂਤ ਯੋਗ ਤੇ ਹੋਰ ਕਿਸ ਚੀਜ਼ ਦਾ ਮਿਸ਼ਰਣ ਸੀ? ਕ੍ਰਿਸ਼ਨ ਭਗਤੀ ਦਾ, ਰਾਮ ਭਗਤੀ ਦਾ, ਪ੍ਰੇਮਾ ਭਗਤੀ ਦਾ ਜਾਂ ਫਿਰ ਸ਼ਿਵ ਭਗਤੀ ਦਾ? ਰਾਮਾਨੰਦ ਦਾ ਜਿਹੜਾ ਦਰਸ਼ਨ ਸੀ ਅਦਵੈਤ ਵੇਦਾਂਤ ਯੋਗ ਪਲੱਸ ਹੋਰ ਕੀ ਗਾ ਸੀ ਇਹਨਾਂ ਦੇ ਵਿੱਚੋਂ? ਤੇ ਰਾਈਟ ਆਂਸਰ ਇਸ ਦੇ ਵਿੱਚ ਜਿਹੜਾ ਹੈਗਾ ਵਾ ਉਹ ਹੈਗਾ ਏ ਸਾਡੇ ਕੋਲ 3rd, ਯਾਨੀ ਕਿ ਪ੍ਰੇਮਾ ਭਗਤੀ। ਇੱਕ ਅਦਵੈਤ ਵੇਦਾਂਤ ਸੀ, ਇੱਕ ਪ੍ਰੇਮਾ ਭਗਤੀ ਸੀ, ਤੇ ਉਹਨਾਂ ਦੋਨਾਂ ਦਾ ਜਿਹੜਾ ਹੈਗਾ ਸੀ ਮਿਸ਼ਰਣ ਹੈਗਾ ਸੀ। ਮਤਲਬ ਕਹਿ ਸਕਦੇ ਹੋ ਕਿ ਉਹਨਾਂ ਦੀ ਅਗਰ ਜੇਕਰ ਭਗਤੀ ਦੇਖੀ ਜਾਂਦੀ ਹੈ ਤਾਂ ਉਹਨਾਂ ਵਿੱਚ ਕਿਸ ਕਿਸ ਚੀਜ਼ ਨੂੰ ਸਾਨੂੰ ਦੇਖਣ ਨੂੰ ਮਿਲਦਾ ਹੈ ਇਹ ਦੱਸਿਆ ਹੈਗਾ ਵਾ। ਕੁਐਸਚਨ ਨੰਬਰ 15, ਰਾਮਾਨੰਦ ਦੀਆਂ ਸਿੱਖਿਆਵਾਂ ਨੇ ਭਗਤੀ ਲਹਿਰ ਦੇ ਕਿੰਨੇ ਸਕੂਲਾਂ ਨੂੰ ਜਨਮ ਦਿੱਤਾ? 5, 4, 3 ਜਾਂ ਫਿਰ 2?
ਤੇ ਇਸ ਦੇ ਵਿੱਚ ਰਾਈਟ ਆਂਸਰ ਜਿਹੜਾ ਹੈਗਾ ਵਾ ਉਹ ਹੈਗਾ ਹੈ ਸਾਡੇ ਕੋਲ ਆਪਸ਼ਨ ਨੰਬਰ ਚੌਥਾ, ਯਾਨੀ ਕਿ 2। ਇਹਦੇ ਵਿੱਚ ਕੀ ਗਾ ਸੀ, ਉਹਨਾਂ ਨੇ ਸਕੂਲਾਂ ਨੂੰ ਜਨਮ ਦਿੱਤਾ। ਹੁਣ ਪਹਿਲਾਂ ਇਸ ਦੇ ਵਿੱਚ ਹੈਗਾ ਹੈ ਸਾਡੇ ਕੋਲ ਸਰਗੁਣ ਭਗਤੀ ਸਕੂਲ, ਤੇ ਇੱਕ ਫਿਰ ਤੁਹਾਨੂੰ ਪਤਾ ਹੀ ਹੋਏਗਾ ਜੇਕਰ ਇੱਕ ਸਰਗੁਣ ਦੂਜਾ ਨਿਰਗੁਣ ਹੋਏਗਾ। ਸਰਗੁਣ ਭਗਤੀ ਸਕੂਲ ਦੀ ਪ੍ਰਤਿਨਿਧਤਾ ਕਿਸ ਨੇ ਕੀਤੀ ਸੀ, ਕਬੀਰ ਜੀ ਨੇ, ਜੈਦੇਵ ਜੀ ਨੇ, ਸੈਨ ਜੀ ਨੇ ਜਾਂ ਫਿਰ ਤੁਲਸੀਦਾਸ ਜੀ ਨੇ? ਨੈਕਸਟ ਕੁਐਸਚਨ ਇਸ ਦੇ ਵਿੱਚ ਜਿਹੜਾ ਹੈਗਾ ਵਾ ਸਾਡੇ ਕੋਲ ਰਾਈਟ ਆਂਸਰ 16 ਦਾ ਆਏਗਾ ਆਪਸ਼ਨ ਨੰਬਰ ਇਸ ਦੇ ਵਿੱਚ 4th, ਯਾਨੀ ਕਿ ਤੁਲਸੀਦਾਸ ਜਿਹੜੇ ਹੈਗੇ ਸੀ ਉਹਨਾਂ ਨੇ ਕੀ ਕੀ ਸੀ, ਸਰਗੁਣ ਭਗਤੀ ਸਕੂਲ ਦੀ ਪ੍ਰਤਿਨਿਧਤਾ ਕੀਤੀ। ਤੇ ਨਿਰਗੁਣ ਭਗਤੀ ਸਕੂਲ ਦੀ ਪ੍ਰਤਿਨਿਧਤਾ ਕਿਸਨੇ ਕੀਤੀ ਸੀ, ਰਵਿਦਾਸ ਤੇ ਕਬੀਰ ਜੀ ਨੇ, ਸ਼ੰਕਰ ਦੇਵ ਤੇ ਪੁਰੰਦਰ ਨਾਥ, ਰਾਮਦੇਵ ਰਾਮਾਨੰਦ ਕਬੀਰ ਜੀ ਤੇ ਸ਼ੰਕਰ ਦੇਵ ਨੇ? ਤੇ ਇਸ ਦੇ ਵਿੱਚ ਸਾਡੇ ਕੋਲ ਰਾਈਟ ਆਂਸਰ ਜਿਹੜਾ ਹੈਗਾ ਵਾ ਨੈਕਸਟ ਦਾ ਉਹ ਮਿਲਦਾ ਹੈ 17 ਦਾ ਆਪਸ਼ਨ ਨੰਬਰ 1st, ਰਵਿਦਾਸ ਤੇ ਕਬੀਰ ਜੀ ਸੀ। ਸੋ ਦੋ ਸਕੂਲ ਸੀ, ਦੋਨਾਂ ਸਕੂਲਾਂ ਦੀ ਪ੍ਰਤੀਨਿਧਤਾ ਅਲੱਗ-ਅਲੱਗ ਜਾਣੇ ਨੇ ਕੀਤੀ ਸੀ। ਕੁਐਸਚਨ ਨੰਬਰ 18, ਨਾਮਦੇਵ ਜੀ ਕਿਸ ਦੇ ਭਗਤ ਸੀ? ਨਾਮਦੇਵ ਜੀ ਕਿਸ ਦੇ ਭਗਤ ਸੀ, ਬ੍ਰਹਮਾ, ਵਿਸ਼ਨੂੰ, ਕ੍ਰਿਸ਼ਨ ਜਾਂ ਫਿਰ ਰਾਮਦੇਵ? ਨੈਕਸਟ ਕੁਐਸਚਨ ਤੇ ਇਸ ਦੇ ਵਿੱਚ ਰਾਈਟ ਆਂਸਰ ਜਿਹੜਾ ਹੋਏਗਾ ਸਾਡੇ ਕੋਲ 18 ਦਾ ਆਪਸ਼ਨ ਨੰਬਰ ਆਏਗਾ ਸਾਡੇ ਕੋਲ 2nd, ਵਿਸ਼ਨੂੰ ਜਿਹੜੇ ਹੈਗੇ ਸੀ ਉਹਨਾਂ ਦੇ ਉਹ ਭਗਤ ਸੀ। ਕੁਐਸਚਨ ਨੰਬਰ 19, ਨਾਮਦੇਵ ਦੀ ਬਾਣੀ ਦਾ ਕੇਂਦਰੀ ਧੁਰਾ ਕੀ ਹੈਗਾ ਸੀ, ਕ੍ਰਿਸ਼ਨ ਭਗਤੀ, ਰਾਮ ਭਗਤੀ, ਪ੍ਰੇਮਾ ਭਗਤੀ ਜਾਂ ਫਿਰ ਸ਼ਿਵ ਭਗਤੀ ਸੀ? ਨੈਕਸਟ ਕੁਐਸਚਨ ਤੇ ਇਸਦੇ ਵਿੱਚ ਰਾਈਟ ਆਂਸਰ ਜਿਹੜਾ ਹੈਗਾ ਵਾ ਸਾਡੇ ਕੋਲ ਉਹ ਹੈਗਾ ਵਾ ਆਪਸ਼ਨ ਨੰਬਰ 19 ਦਾ, ਇਸਦੇ ਵਿੱਚ 3rd, ਯਾਨੀ ਕਿ ਪ੍ਰੇਮਾ ਭਗਤੀ ਜਿਹੜੇ ਗਏ ਸੀ ਉਹਨਾਂ ਦੀ ਕੀ ਗਈ ਸੀ, ਨਾਮਦੇਵ ਦੀ ਬਾਣੀ ਦਾ ਧੁਰਾ ਸੀ। 20ਵਾਂ ਹੈਗਾ ਇਸਦੇ ਵਿੱਚ, ਨਾਮਦੇਵ ਜੀ ਨੇ ਪੰਜਾਬੀ, ਮਰਾਠੀ ਤੇ ਹੋਰ ਕਿਸ ਦੇ ਵਿੱਚ ਰਚਨਾ ਕੀਤੀ ਸੀ, ਲਹਿੰਦੀ, ਬ੍ਰਜ, ਸੰਸਕ੍ਰਿਤ ਜਾਂ ਫਿਰ ਸਾਧ ਭਾਸ਼ਾ ਦੇ ਵਿੱਚ? ਨੈਕਸਟ ਕੁਐਸਚਨ ਤੇ ਇਸ ਦੇ ਵਿੱਚ ਜਿਹੜਾ ਹੈਗਾ ਵਾ ਸਾਡੇ ਕੋਲ ਰਾਈਟ ਆਂਸਰ 20 ਦਾ ਆਪਸ਼ਨ ਨੰਬਰ ਆਏਗਾ ਸਾਡੇ ਕੋਲ 4th, ਸਾਧ ਭਾਸ਼ਾ ਜਿਹੜੀ ਕੀ ਸੀ ਉਸ ਦੇ ਵਿੱਚ ਉਹਨਾਂ ਨੇ ਰਚਨਾ ਕੀਤੀ ਸੀ। ਉਸ ਤੋਂ ਇਲਾਵਾ ਨੈਕਸਟ ਕੁਐਸਚਨ ਹੁਣ ਅੱਗੇ ਕੁਐਸਚਨ ਨੰਬਰ 21, ਮਰਾਠੀ ਵਿੱਚ ਨਾਮਦੇਵ ਜੀ ਦੇ ਕਿੰਨੇ ਅਪੰਗ ਮਿਲਦੇ ਹਨ, 2500, 2300, 2400 ਜਾਂ ਫਿਰ 2200? ਨੈਕਸਟ ਕੁਐਸਚਨ ਤੇ ਇਸ ਦੇ ਵਿੱਚ ਰਾਈਟ ਆਂਸਰ ਜਿਹੜਾ ਹੈਗਾ ਹੈ ਸਾਡੇ ਕੋਲ 21 ਦਾ ਆਪਸ਼ਨ ਨੰਬਰ ਆਏਗਾ ਫਸਟ, 2500 ਅਪੰਗ ਜਿਹੜੇ ਗਏ ਸੀ ਮਰਾਠੀ ਦੇ ਵਿੱਚ ਨਾਮਦੇਵ ਜੀ ਦੇ ਮਿਲਦੇ ਨੇ। ਆਦਿ ਗ੍ਰੰਥ ਵਿੱਚ ਨਾਮਦੇਵ ਜੀ ਦੇ ਕਿੰਨੇ ਸ਼ਬਦ ਮੌਜੂਦ ਨੇ, 68, 58, 61 ਜਾਂ ਫਿਰ 51? ਨੈਕਸਟ ਕੁਐਸਚਨ ਤੇ ਇਸ ਦੇ ਵਿੱਚ ਰਾਈਟ ਆਂਸਰ ਜਿਹੜਾ ਹੈਗਾ ਵਾ 22 ਦਾ ਹੈਗਾ ਹੈ 3rd, ਯਾਨੀ ਕਿ ਨਾਮਦੇਵ ਜੀ ਦੇ
ਸਾਨੂੰ 61 ਜਿਹੜੇ ਹੈਗੇ ਨੇ ਗੁਰੂ ਗ੍ਰੰਥ ਸਾਹਿਬ ਦੇ ਵਿੱਚ ਉਹਨਾਂ ਦੇ ਆਦਿ ਗ੍ਰੰਥ ਦੇ ਵਿੱਚ ਸ਼ਬਦ ਮਿਲਦੇ ਨੇ। 23rd ਹੈਗਾ ਨਾਮਦੇਵ ਦੇ ਕਿੰਨੇ ਰਾਗਾਂ ਵਿੱਚ ਬਾਣੀ ਰਚੀ ਸੀ ਉਹਨਾਂ ਨੇ, 22, 21, 19 ਜਾਂ ਫਿਰ 18 ਰਾਗਾਂ ਦੇ ਵਿੱਚ। ਨੈਕਸਟ ਕੁਐਸਚਨ, ਤੇ ਇਸ ਦੇ ਵਿੱਚ ਰਾਈਟ ਆਂਸਰ ਹੋਏਗਾ 23rd ਦਾ ਆਪਸ਼ਨ ਨੰਬਰ 4th। 18 ਰਾਗਾਂ ਦੇ ਵਿੱਚ ਬਾਣੀ ਰਚੀ ਸੀ। ਕੁਐਸਚਨ ਨੰਬਰ 24, ਨਾਮਦੇਵ ਦੀ ਸਮੁੱਚੀ ਬਾਣੀ ਡੈਸ਼ ਹੈ, ਪ੍ਰਤੀਕਾਤਮਕ ਹੈਗੀ ਹੈ ਜਾਂ ਫਿਰ ਨੈਕਸਟ ਹੈਗਾ ਵਿਅੰਗਾਤਮਕ, ਫਿਰ ਆ ਜਾਂਦੇ ਭਾਵਨਾਤਮਕ ਜਾਂ ਫਿਰ 4th ਆ ਜਾਂਦੀ ਪ੍ਰਗੀਤਾਤਮਕ। ਨੈਕਸਟ ਕੁਐਸਚਨ, ਤੇ ਇਸ ਦੇ ਵਿੱਚ ਰਾਈਟ ਆਂਸਰ ਜਿਹੜਾ ਹੋਏਗਾ ਸਾਡੇ ਕੋਲ ਉਹ ਹੈ ਆਪਸ਼ਨ ਨੰਬਰ 24 ਦਾ, ਇਸ ਦੇ ਵਿੱਚ 4th ਯਾਨੀ ਕਿ ਪ੍ਰਗੀਤਾਤਮਕ ਉਹਨਾਂ ਦੀ ਸਮੁੱਚੀ ਬਾਣੀ ਮਿਲਦੀ ਹੈ। ਕੁਐਸਚਨ ਨੰਬਰ 25, ਭਗਤ ਕਬੀਰ ਜੀ ਨੇ ਕਿੰਨੇ ਰਾਗਾਂ ਵਿੱਚ ਬਾਣੀ ਰਚੀ ਸੀ, 18, 19, 30 ਜਾਂ ਫਿਰ 17 ਰਾਗਾਂ ਦੇ ਵਿੱਚ। ਨੈਕਸਟ ਕੁਐਸਚਨ, ਤੇ ਇਸ ਦੇ ਵਿੱਚ ਰਾਈਟ ਆਂਸਰ ਜਿਹੜਾ ਹੈਗਾ ਹੈ ਸਾਡੇ ਕੋਲ ਅਗਲੇ ਦਾ ਉਹ ਹੈ ਆਪਸ਼ਨ ਨੰਬਰ 25 ਦਾ 4th ਯਾਨੀ ਕਿ 17 ਰਾਗਾਂ 'ਚ ਬਾਣੀ ਰਚੀ। ਕੁਐਸਚਨ ਨੰਬਰ 26, ਭਗਤ ਰਵਿਦਾਸ ਜੀ ਕਿਸ ਨਾਲ ਸੰਬੰਧਿਤ ਸਨ, ਦਵੈਂਤਵਾਦ ਦੇ ਨਾਲ, ਅਦਵੈਂਤਵਾਦ ਦੇ ਨਾਲ, ਸ਼ੈਵ ਦੇ ਨਾਲ ਜਾਂ ਫਿਰ ਵੈਸ਼ਨਵ ਦੇ ਨਾਲ। ਤੇ ਇਸ ਦੇ ਵਿੱਚ ਰਾਈਟ ਆਂਸਰ ਜਿਹੜਾ ਹੈਗਾ ਵਾ ਉਹ ਹੈ ਸਾਡੇ ਕੋਲ ਆਪਸ਼ਨ ਨੰਬਰ 26 ਦਾ 2nd ਯਾਨੀ ਕਿ ਅਦਵੈਤਵਾਦ ਦੇ ਨਾਲ ਸੰਬੰਧਿਤ ਸੀ। ਕੁਐਸਚਨ ਨੰਬਰ 27, ਰਵਿਦਾਸ ਜੀ ਦਾ ਕੇਂਦਰੀ ਸੁਰ ਪ੍ਰੇਮ ਭਾਵਨਾ ਦਾ ਵਿਰਜਨ ਕਰਨਾ ਸੀ, ਤਿਆਗ ਕਰਨਾ ਸੀ, ਅਭਿਵਿਅੰਜਨ ਕਰਨਾ ਜਾਂ ਫਿਰ ਉਹਨੂੰ ਨਿਸ਼ਕਾਸ਼ਿਤ ਕਰਨਾ ਸੀ। ਨੈਕਸਟ ਕੁਐਸਚਨ, ਤੇ ਰਾਈਟ ਆਂਸਰ ਜਿਹੜਾ ਹੈਗਾ ਹੈ ਇਸ ਦੇ ਵਿੱਚ ਸਾਡੇ ਕੋਲ ਅਗਲੇ ਦਾ ਆਪਸ਼ਨ ਨੰਬਰ ਹੈਗਾ ਹੈ 27 ਦਾ, ਇਸ ਦੇ ਵਿੱਚ 3rd ਯਾਨੀ ਕਿ ਅਭਿਵਿਅੰਜਨ ਕਰਨਾ ਸੀ। ਕੁਐਸਚਨ ਨੰਬਰ 28, ਭਗਤ ਰਵਿਦਾਸ ਦਾ ਕਿਹੜਾ ਸੰਕਲਪ ਉਹਨਾਂ ਦੀ ਰਾਜਨੀਤਿਕ ਚੇਤਨਾ ਦਾ ਪ੍ਰਮਾਣ ਪੇਸ਼ ਕਰਦੀ ਹੈ, ਨਿਰਗੁਣ, ਸਰਗੁਣ, ਬੇਗਮਪੁਰ ਜਾਂ ਫਿਰ ਭਗਤਪੁਰ। ਨੈਕਸਟ ਕੁਐਸਚਨ, ਤੇ ਇਸ ਦੇ ਵਿੱਚ ਰਾਈਟ ਆਂਸਰ ਜਿਹੜਾ ਹੋਏਗਾ ਨੈਕਸਟ ਦਾ ਉਹ ਹੈ ਸਾਡੇ ਕੋਲ ਆਪਸ਼ਨ ਨੰਬਰ 28 ਦਾ 3rd ਯਾਨੀ ਕਿ ਬੇਗਮਪੁਰ। ਮਤਲਬ ਉਹਨਾਂ ਦਾ ਇਹ ਸੰਕਲਪ ਹੈਗਾ ਸੀ ਕਿ ਇਹੋ ਜਿਹਾ ਇੱਕ ਜਗ੍ਹਾ ਬਣਾਉਣੀ ਜਿੱਥੇ ਸਾਰੇ ਕੀ ਹੈਗੇ ਨੇ ਸੁਖੀ ਰਹਿਣ, ਕੋਈ ਵੀ ਉਹਨਾਂ ਨੂੰ ਟੈਕਸ ਨਾ ਦੇਣਾ ਪਵੇ ਜਾਂ ਕੋਈ ਵੀ ਉੱਥੇ ਉਹਨਾਂ ਨੂੰ ਪ੍ਰੋਬਲਮ ਨਾ ਹੋਵੇ ਜਿਹੜੇ ਰਹਿ ਰਹੇ ਨੇ। ਠੀਕ ਹੈ, ਉਸ ਤੋਂ ਇਲਾਵਾ ਨੈਕਸਟ ਕੁਐਸਚਨ 29, ਗੁਰੂ ਗ੍ਰੰਥ ਸਾਹਿਬ ਵਿੱਚ ਭਗਤ ਰਵਿਦਾਸ ਦੇ ਕਿੰਨੇ ਸ਼ਬਦ ਮਿਲਦੇ ਨੇ, ਆਪਸ਼ਨ ਹੈਗੇ ਨੇ 20, 30, 50 ਜਾਂ ਫਿਰ 40। ਤੇ ਨੈਕਸਟ ਇਸ ਦੇ ਵਿੱਚ 29 ਦਾ ਆਏਗਾ ਆਪਸ਼ਨ ਨੰਬਰ ਸਾਡੇ ਕੋਲ 4th, 40 ਉਹਨਾਂ ਦੇ ਕੀ ਮਿਲਦੇ ਹੈਗੇ ਨੇ, ਰਵਿਦਾਸ ਜੀ ਦੇ ਸ਼ਬਦ ਸਾਨੂੰ ਮਿਲਦੇ ਹਨ। ਕੁਐਸਚਨ ਨੰਬਰ ਨੈਕਸਟ ਹੈਗਾ ਹੈ 30, ਭਗਤ ਜੈਦੇਵ ਦੀ ਸ਼ਬਦਾਵਲੀ ਵਿੱਚ ਕਿਸ ਦਾ ਪ੍ਰਯੋਗ ਜ਼ਿਆਦਾ ਹੋਇਆ ਹੈ, ਸੰਸਕ੍ਰਿਤ ਦਾ, ਸਾਧ ਭਾਸ਼ਾ ਦਾ, ਮਰਾਠੀ ਦਾ ਜਾਂ ਫਿਰ ਵੈਦਿਕ ਭਾਸ਼ਾ ਦਾ।
ਇਸ ਦਾ ਪ੍ਰਯੋਗ ਜ਼ਿਆਦਾ ਹੋਇਆ ਹੈ ਤੇ ਰਾਈਟ ਆਂਸਰ ਇਸ ਦੇ ਵਿੱਚ ਜਿਹੜਾ ਹੈਗਾ ਵਾ ਸਾਡੇ ਕੋਲ ਉਹ ਹੈ 30 ਦਾ ਆਪਸ਼ਨ ਨੰਬਰ ਫਸਟ, ਸੰਸਕ੍ਰਿਤ ਭਾਸ਼ਾ ਜਿਹੜੀ ਕਿਸ ਦਾ ਜ਼ਿਆਦਾ ਪ੍ਰਯੋਗ ਹੋਇਆ। ਕੁਐਸਚਨ ਨੰਬਰ 31, ਭਗਤ ਪੀਪਾ ਜੀ ਕਿਸ ਦੇ ਸ਼ਿਸ਼ ਸਨ? ਰਾਮਾਨੁਜ ਦੇ, ਰਾਮਾਨੰਦ ਦੇ, ਨਾਮਦੇਵ ਜੀ ਦੇ ਜਾਂ ਫਿਰ ਕਬੀਰ ਜੀ ਦੇ? ਨੈਕਸਟ ਕੁਐਸਚਨ, ਕਿਸ ਦੇ ਕੀ ਗਏ ਸੀ ਉਹ ਸ਼ਿਸ਼ ਸੀ ਤੇ ਆਪਸ਼ਨ ਇਸ ਦੇ ਵਿੱਚ ਜਿਹੜਾ ਰਾਈਟ ਹੈਗਾ ਇਹ ਸਾਡੇ ਕੋਲ 31 ਆਏਗਾ, ਸੈਕਿੰਡ ਯਾਨੀ ਕਿ ਰਾਮਾਨੰਦ ਜੀ ਦੇ ਉਹ ਕੀ ਗਏ ਸੀ, ਸ਼ਿਸ਼ ਸੀ। ਕੁਐਸਚਨ ਨੰਬਰ 32, ਆਦਿ ਗ੍ਰੰਥ ਵਿੱਚ ਪੀਪਾ ਜੀ ਦਾ ਇੱਕ ਸ਼ਬਦ ਕਿਸ ਰਾਗ ਵਿੱਚ ਦਰਜ ਹੈ? ਮਾਰੂ, ਟੋਡੀ, ਤਿਲੰਗੀ ਜਾਂ ਫਿਰ ਤਨਾਸਰੀ ਰਾਗ ਦੇ ਵਿੱਚ? ਨੈਕਸਟ ਕੁਐਸਚਨ, ਤੇ ਇਸ ਦੇ ਵਿੱਚ ਰਾਈਟ ਆਂਸਰ ਜਿਹੜਾ ਹੈਗਾ ਹੈ ਸਾਡੇ ਕੋਲ ਆਪਸ਼ਨ ਨੰਬਰ 32 ਦਾ ਆਏਗਾ, ਫੋਰਥ ਯਾਨੀ ਕਿ ਤਨਾਸਰੀ ਦੇ ਵਿੱਚ ਉਹਨਾਂ ਦਾ ਇੱਕ ਸ਼ਬਦ ਦਰਜ ਹੈ। ਕੁਐਸਚਨ ਨੰਬਰ ਨੈਕਸਟ ਹੈਗਾ 33, ਭਗਤ ਸੈਨ ਜੀ ਦੇ ਗੁਰੂ ਗ੍ਰੰਥ ਸਾਹਿਬ ਦੇ ਵਿੱਚ ਕਿੰਨੇ ਸ਼ਬਦ ਹਨ? 4, 3, 2 ਜਾਂ ਫਿਰ 1? ਭਗਤ ਸੈਨ ਜੀ ਦੇ ਕਿੰਨੇ ਸ਼ਬਦ ਨੇ ਤੇ ਇਸ ਦੇ ਵਿੱਚ ਰਾਈਟ ਆਂਸਰ ਜਿਹੜਾ ਹੈਗਾ ਹੈ ਸਾਡੇ ਕੋਲ ਅਗਲੇ ਦਾ ਉਹ ਹੈ ਆਪਸ਼ਨ ਨੰਬਰ 33 ਦਾ ਫੋਰਥ ਯਾਨੀ ਕਿ 1। ਅੱਗੇ ਦੇਖੋ ਕੁਐਸਚਨ ਨੰਬਰ 34, ਭਗਤ ਧੰਨਾ ਜੀ ਦੇ ਗੁਰੂ ਗ੍ਰੰਥ ਸਾਹਿਬ ਵਿੱਚ ਕਿੰਨੇ ਪਦੇ ਹਨ? 1, 2, 3 ਜਾਂ ਫਿਰ 4? ਨੈਕਸਟ ਕੁਐਸਚਨ, ਤੇ ਇਸ ਦੇ ਵਿੱਚ ਰਾਈਟ ਆਂਸਰ ਜਿਹੜਾ ਹੋਏਗਾ ਉਹ ਹੈ ਸਾਡੇ ਕੋਲ 34 ਦਾ ਆਪਸ਼ਨ ਨੰਬਰ 2 ਯਾਨੀ ਕਿ 2 ਉਹਨਾਂ ਦੇ ਪਦੇ ਹਨ। 35, ਭਗਤ ਧੰਨਾ ਜੀ ਕਿਸ ਧਾਰਾ ਦੇ ਕਵੀ ਮੰਨੇ ਜਾਂਦੇ ਹਨ? ਨਿਰਗੁਣ, ਸਾਰਗੁਣ, ਬੇਗਮਪੁਰ ਜਾਂ ਫਿਰ ਭਗਤਪੁਰ? ਨੈਕਸਟ ਕੁਐਸਚਨ, ਤੇ ਇਸ ਦੇ ਵਿੱਚ ਰਾਈਟ ਆਂਸਰ ਜਿਹੜਾ ਹੈਗਾ ਹੈ ਸਾਡੇ ਕੋਲ ਅਗਲੇ ਦਾ ਉਹ ਹੈ ਆਪਸ਼ਨ ਨੰਬਰ ਫਸਟ, ਨਿਰਗੁਣ ਜਿਹੜੇ ਹੈਗੇ ਨੇ ਉਹਨਾਂ ਦੇ ਕਵੀ ਮੰਨੇ ਜਾਂਦੇ ਨੇ। ਕੁਐਸਚਨ ਨੰਬਰ 36, ਵੈਨਕੂਵਰ ਵਿੱਚ ਕਦੋਂ ਇਪਾਨਾ ਵੱਲੋਂ ਨਾਟਕਾਂ ਦੀ ਪੇਸ਼ਕਾਰੀ ਕੀਤੀ ਗਈ? 1977 ਤੇ 1982 ਦੇ ਵਿੱਚ, 1988 ਤੇ 1999 'ਚ, 1979 ਤੇ 1997 'ਚ ਜਾਂ ਫਿਰ 1890 ਤੇ 1990 ਦੇ ਵਿੱਚ? ਸੋ ਆਂਸਰ ਇਸ ਦੇ ਵਿੱਚ ਰਾਈਟ ਜਿਹੜਾ ਹੋਏਗਾ ਸਾਡੇ ਕੋਲ ਫਸਟ ਹੈ, 1977 ਤੇ 1982 ਦੇ ਵਿੱਚ ਇਪਾਨਾ ਵੱਲੋਂ ਨਾਟਕ ਜਿਹੜੇ ਪੇਸ਼ ਕੀਤੇ ਗਏ ਸੀ ਵੈਨਕੂਵਰ ਦੇ ਵਿੱਚ। ਕੁਐਸਚਨ ਨੰਬਰ 37, ਵਤਰੋਂ ਦੂਰ ਆਰਟ ਫਾਊਂਡੇਸ਼ਨ ਵੱਲੋਂ ਕਦੋਂ ਪਹਿਲਾ ਨਾਟਕ ਖੇਡਿਆ ਗਿਆ ਸੀ? 1998 ਦੇ ਵਿੱਚ, 88 'ਚ, 1888 ਦੇ ਵਿੱਚ ਜਾਂ ਫਿਰ 1977 ਦੇ ਵਿੱਚ? ਤੇ ਕੁਐਸਚਨ ਨੰਬਰ 37 ਰਾਈਟ ਆਂਸਰ ਹੋਏਗਾ ਇਸ ਦੇ ਵਿੱਚ 4, 1977 ਦੇ ਵਿੱਚ ਪਹਿਲਾ ਨਾਟਕ ਖੇਡਿਆ ਗਿਆ ਸੀ। ਅਗਲਾ ਹੈਗਾ ਕੁਐਸਚਨ, ਵਤਨੋ ਦੂਰ ਆਰਟ ਫਾਊਂਡੇਸ਼ਨ ਵੱਲੋਂ ਖੇਡੇ ਨਾਟਕ ਦਾ ਨਾਮ ਕੀ ਸੀ? ਆਪਸ਼ਨ ਹੈਗਾ ਹੈ ਅੱਧੀ ਰਾਤ ਦੁਪਹਿਰ, ਸੂਰਜ ਨਾਟਕ, ਕਾਮਾ ਗਾਟਾ ਮਾਰੂ ਜਾਂ ਫਿਰ ਰੂਪ ਪੰਜਾਬ ਦੀ? ਤੇ 38 ਦਾ ਇਸ ਦੇ ਵਿੱਚ ਆਂਸਰ ਹੋਏਗਾ ਸਾਡੇ ਕੋਲ ਆਪਸ਼ਨ ਨੰਬਰ 3,
यानी कि कामा गाटा मारू। क्वेश्चन नंबर 39, 1984 विच किस वलो नाटक खेडने आरंभ हुए? लोक सभ्याचार मंच, पंजाबी लिटरेरी एसोसिएशन एडमंटन, वैनकूवर सत, या फिर वतनों दूर आर्ट फाउंडेशन वालों? तो 39 का आंसर इसके विच होएगा साढ़े को वैनकूवर सत। क्वेश्चन नंबर 40, 1983 च पाना दे निमंत्रण हेठ कौन नाटक मंडली लै के कैनेडा गए? ऑप्शन ए गिने रघुबीर तंड, तरसेम नीलगिरी, गुरशरण सिंह, या फिर केसी मोहन। ते 40वें का इसके विच आंसर है गए साढ़े को ऑप्शन नंबर तीजा गुरशरण सिंह। क्वेश्चन नंबर 41, दमन दी प्रोडक्शन ते सरगर्म आर्ट एंड थिएटर वालों किथे नाटक खेडे गए सी? ऑप्शन ए गिने वैनकूवर, कैलगरी, ग्रैंड प्रेरी, या फिर विनीपैग। राइट आंसर होएगा ऑप्शन नंबर फर्स्ट, वैनकूवर दे विच। क्वेश्चन नंबर 42, 1993 ते 94 विच किस नाटक दा टोरंटो विच सफल मंचन होया? जमीन निमानिया गौआं, होए परदेसी, या फिर कैंप प्यूपर्स दिया मच्छियां। ते क्वेश्चन नंबर 42 दा राइट आंसर है गाइस दे विच थर्ड, होए परदेसी। क्वेश्चन नंबर 43, पौंडा दे पुआड़े किसका नाटक है? हरभजन सिंह, बिरक, दर्शन सिंह ज्ञानी, लखा सिंह जौहर, या फिर आतमजीत। द राइट आंसर है गाइस दे विच साढ़े को थर्ड, लखा सिंह जौहर। क्वेश्चन नंबर 44 लास्ट, होए परदेसी किसका नाटक है? ਤੇ ਇਸਦੇ ਵਿੱਚ ਆਂਸਰ ਜਿਹੜਾ ਹੈਗਾ ਇਹ ਸਾਡੇ ਕੋਲ ਫੋਰਥ ਹੋਏਗਾ, ਆਤਮਜੀਤ ਦਾ ਜਿਹੜਾ ਨਾਟਕ ਸਾਨੂੰ ਮਿਲਦਾ ਹੈ, ਹੋਏ ਪਰਦੇਸੀ। ਸੋ ਇਹ ਹੈਗੇ ਸੀ ਅੱਜ ਦੇ ਕੁਐਸਚਨ, ਬਾਕੀ ਜਿਹੜਾ ਹੋਣਗੇ ਅਸੀਂ ਨੈਕਸਟ ਦੇ ਵਿੱਚ ਕਰਾਂਗੇ। ਸੋ ਵੀਡੀਓ ਜ਼ਰੂਰ ਦੇਖਦੇ ਰਹੋ ਐਂਡ ਲਾਈਕ ਜ਼ਰੂਰ ਕਰਿਓ ਵੀਡੀਓਜ਼ ਨੂੰ। ਥੈਂਕ ਯੂ।